ਜੀਰਾ ਅਤੇ ਲਹਿਸੁਣ ਨੂੰ ਭੁੰਨਣਾ ਥੋੜ੍ਹਾ ਜ਼ਰੂਰੀ ਹੈ। ਦੇਖੋ ਆਪਾਂ ਨੇ ਥੋੜ੍ਹੀ ਥੋੜ੍ਹੀ ਚੀਜ਼ਾਂ ਲੈਤੀਆਂ ਨੇ, ਸ਼ਿਮਲਾ ਮਿਰਚ ਮੈਂ ਸਿਰਫ ਇਸ ਲਈ ਲੈਤੀ ਹੈ ਤਾਂ ਕਿ ਜਿਹੜਾ ਇਹਦਾ ਪਪੀਤੇ ਦਾ ਫਲੇਵਰ ਹੈ ਉਹ ਚੇਂਜ ਹੋ ਜਾਵੇ ਅਤੇ ਜਦੋਂ ਵੀ ਤੁਸੀਂ ਕਿਸੇ ਨੂੰ ਖਾਣ ਨੂੰ ਦੇਵੋ ਤਾਂ ਉਹ ਪਹਿਚਾਣ ਨਾ ਸਕੇ ਵੀ ਕਿਸ ਚੀਜ਼ ਦੀ ਸਬਜ਼ੀ ਹੈ। ਹਾਂਜੀ ਫਰੈਂਡ, ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਅਦਰਕ। ਦੇਖੋ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਕੋਈ ਨਾ ਕੋਈ ਅਜਿਹੀ ਚੀਜ਼ ਤੁਹਾਡੇ ਵਾਸਤੇ ਲੈ ਕੇ ਆਵਾਂ ਜਿਹਦਾ ਕਿ ਆਪਣੇ ਸਰੀਰ ਨੂੰ ਕੋਈ ਨਾ ਕੋਈ ਫਾਇਦਾ ਹੋਵੇ ਨਾ, ਅਤੇ ਤੁਹਾਡਾ ਮੈਨੂੰ ਸਪੋਰਟ ਵੀ ਬਹੁਤ ਮਿਲ ਰਿਹਾ। ਥੋੜ੍ਹੇ ਸਮੇਂ ਵਿੱਚ ਤੁਸੀਂ ਬਹੁਤ ਪਿਆਰ ਦਿੱਤਾ, ਪਲੀਜ਼ ਇਸੇ ਤਰੀਕੇ ਦੇ ਨਾਲ ਮੈਨੂੰ ਸਪੋਰਟ ਕਰਦੇ ਰਹਿਣਾ। ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਮੈਂ ਸ਼ੇਅਰ ਜ਼ਰੂਰ ਕਰ ਦਿਆ ਕਰੋ। ਹੁਣ ਆਪਾਂ ਨੇ ਇਹਦੇ ਵਿੱਚ ਦੇਖੋ ਲਸਣ ਵੀ ਪਾਤਾ, ਅਦਰਕ ਵੀ ਪਾਤਾ, ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਲਾਲ ਮਿਰਚ। ਉਹ ਸੋਰੀ, ਹਰੀ ਮਿਰਚ, ਮੈਂ ਲਾਲ ਮਿਰਚ ਹੀ ਕਹਿ ਗਈ ਸੀ, ਸੋਰੀ। ਅਤੇ ਆਪਾਂ ਹਰੀ ਮਿਰਚ ਪਾ ਦਾਂਗੇ ਅਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਿਆਜ਼। ਹਾਂਜੀ ਪਿਆਜ਼ ਨੂੰ ਆਪਾਂ ਨੇ ਜ਼ਿਆਦਾ ਨਾ ਕਾਲਾ ਨਹੀਂ ਕਰਨਾ, ਸਾੜਨਾ ਨਹੀਂ ਹੈਗਾ। ਕਾਲਾ ਨਹੀਂ ਕਰਨਾ, ਹਲਕਾ ਜਿਹਾ ਜਿੱਦਾਂ ਨਾ ਆਪਣਾ ਹਾਂਜੀ ਫਰੈਂਡ ਦੇਖੋ ਹੁਣ ਆਪਾਂ ਪਿਆਜ਼ ਨੂੰ ਭੁੰਨ ਰਹੇ ਹਾਂ। ਬਸ ਆਪਾਂ ਹਲਕਾ ਬਰਾਊਨ ਕਰਾਂਗੇ ਪਿਆਜ਼ ਨੂੰ। ਅਗਰ ਤੁਸੀਂ ਪਿਆਜ਼ ਨੂੰ ਹੈ ਨਾ ਜ਼ਿਆਦਾ ਸਾੜ ਲਾਂਗੇ, ਆਪਾਂ ਜਿੱਦਾਂ ਲਾਲ ਕਰ ਲੈਂਦੇ ਹਾਂ ਆਪਾਂ ਕਾਫੀ ਭੁੰਨੀ ਜਾਂਦੇ ਆਪਾਂ ਉਹਦੇ ਵੀ ਕੱਚਾ ਪਿਆਜ਼ ਕੱਚਾ ਰਹਿ ਜੂਗਾ ਨਾ। ਨਹੀਂ, ਪਿਆਜ਼ ਨੂੰ ਸਿਰਫ ਹਲਕਾ ਜਿਹਾ ਬਰਾਊਨ ਕਰੋ ਤਾਂ ਫਿਰ ਤੁਸੀਂ ਦੇਖਿਓ ਤੁਹਾਡੀ ਸਬਜ਼ੀ ਦਾ ਟੇਸਟ ਕਿੰਨਾ ਅਲੱਗ ਆਊਗਾ ਅਤੇ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ। ਕਿਉਂਕਿ ਪਿਆਜ਼ ਹੀ ਹੁੰਦਾ ਜਿਹੜਾ ਸਬਜ਼ੀ ਨੂੰ, ਜਿਹੜੀ ਆਪਾਂ ਕੋਈ ਵੀ ਸੁੱਕੀ ਸਬਜ਼ੀ ਬਣਾਉਂਦੇ ਹਾਂ ਨਾ, ਕੋਈ ਵੀ ਡਿਸ਼ ਬਣਾਉਂਦੇ ਹਾਂ, ਉਹਦੇ ਵਿੱਚ ਜਿਹੜਾ ਆਪਾਂ ਮਸਾਲਾ ਹੈ ਬਸ ਉਸੇ 'ਤੇ ਸਾਰੀ ਚੀਜ਼ ਡਿਪੈਂਡ ਕਰਦੀ ਆ। ਅਤੇ ਮੰਮੀ ਉਰੀਆਂ ਆਮ ਕਹਿੰਦੇ ਹੁੰਦੀਆਂ ਨੇ, ਕਹਿੰਦੇ ਪਹਿਲਾਂ ਕਹਾਵਤ ਹੁੰਦੀ ਸੀ ਕਿ ਦੁੱਧ ਬਣਾਵੇ ਤੋਰੀਆਂ ਵੱਡੀ ਬਹੂ ਦਾ ਨਾਂ, ਕਹਿੰਦੇ ਬਣਾਉਂਦਾ ਤਾਂ ਸਾਰਾ ਮਸਾਲਾ ਹੀ ਹੈ ਨਾ, ਨਾ ਹੋ ਜਾਂਦਾ ਵੀ ਹਾਂ ਉਹਨੇ ਬਣਾਈ ਸੀ ਤਾਂ ਜ਼ਿਆਦਾ ਟੇਸਟੀ ਬਣੀ। ਬਟ ਬਸ ਥੋੜ੍ਹਾ ਜਿਹਾ ਇਹੀ ਚੀਜ਼ ਹੁੰਦੀ ਹੈ ਵੀ ਆਪਾਂ ਦੇਖੀਏ ਵੀ ਕਿੱਦਾਂ ਆਪਾਂ ਨੇ ਭੁੰਨਣਾ ਇਹਨੂੰ, ਕਿੱਦਾਂ ਨਾ ਕਈ ਵਾਰੀ ਆਪਾਂ ਪਾਉਂਦੇ ਹਾਂ ਆਪਣਾ ਪਿਆਜ਼ ਸੜ ਗਿਆ ਜਾਂ ਆਪਣੀ ਮਿਰਚ ਸੜ ਗਈ ਜਾਂ ਆਪਣਾ ਲਸਣ ਅਦਰਕ ਆਪਾਂ ਨੇ ਜ਼ਿਆਦਾ ਹੈ ਨਾ ਫਰਾਈ ਕਰ ਲਿਆ, ਬਸ ਉਹਦੇ ਨਾਲ ਹੀ ਥੋੜ੍ਹਾ ਫਰਕ ਪੈ ਜਾਂਦਾ। ਬਸ ਇਸ ਤਰੀਕੇ ਨਾਲ ਆਪਾਂ ਹਿਲਾਉਂਦੇ ਜਾਓ ਅਤੇ ਹਲਕਾ ਹਲਕਾ ਬਰਾਊਨ ਇਹਨੂੰ ਆਪਾਂ ਕਰਾਂਗੇ, ਨਾ ਕੱਚਾ ਰਹੇ ਅਤੇ ਨਾ ਜ਼ਿਆਦਾ ਓਵਰ ਕੁੱਕ ਹੋਵੇ। ਹਾਂਜੀ ਹੁਣ ਆਪਾਂ ਪਿਆਜ਼ਾਂ ਨੂੰ ਥੋੜ੍ਹਾ ਹੋਰ ਭੁੰਨ ਲਾਂਗੇ ਅਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਅਗਲੀ ਚੀਜ਼ ਐਡ ਕਰਾਂਗੇ ਉਹ ਜਿਹੜਾ ਆਪਾਂ ਨੇ ਇੱਕ ਆਲੂ ਲਿੱਤਾ, ਤੁਸੀਂ ਆਲੂ ਨੂੰ ਸਕਿੱਪ ਵੀ ਕਰ ਸਕਦੇ ਹੋ ਬਟ ਜੇ ਪਾਓਗੇ ਤਾਂ ਬਹੁਤ ਜ਼ਿਆਦਾ ਵਧੀਆ ਬਣੇਗਾ।
ਹਾਂਜੀ, ਤੁਸੀਂ ਕਿੱਥੋਂ ਕਿੱਥੋਂ ਮੇਰੀਆਂ ਡਿਸ਼ ਨੂੰ ਦੇਖ ਰਹੇ ਹੋ ਪਲੀਜ਼ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਆ ਕਰੋ। ਅਤੇ ਡਿਸ਼ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਦਾ ਬਟਨ ਜ਼ਰੂਰ ਦਬਾ ਦਿਆ ਕਰੋ, ਕਿਉਂਕਿ ਮੈਨੂੰ ਵੀ ਪਤਾ ਹੈ ਵੀ ਹੈ ਨਾ, ਜਦੋਂ ਆਪਾਂ ਕਿਸੇ ਵੀ ਨਿਊ ਪਰਸਨ ਨੂੰ ਮਿਲਦੇ ਹਾਂ ਤਾਂ ਆਪਾਂ ਉਹਨੂੰ ਉਹ 'ਤੇ ਭਰੋਸਾ ਕਰਨਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ। ਪਰ ਮੇਰੇ ਵੱਲੋਂ ਤੁਹਾਨੂੰ ਹੈ ਨਾ ਕਿਸੇ ਵੀ ਤਰੀਕੇ ਦੀ ਇੱਦਾਂ ਦੀ ਉਹ ਨਹੀਂ ਹੋਊਗੀ। ਮੈਂ ਹਰ ਵਾਰੀ ਕੋਸ਼ਿਸ਼ ਕਰੂੰਗੀ ਕਿ ਤੁਹਾਨੂੰ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਜੋ ਵੀ ਆਪਣੇ ਘਰ ਵਿੱਚ ਬੇਸਿਕ ਚੀਜ਼ਾਂ ਹੁੰਦੀਆਂ ਨੇ ਉਹਨਾਂ ਤੋਂ ਕਿੱਦਾਂ ਵਧੀਆ ਤੋਂ ਵਧੀਆ ਖਾਣਾ ਆਪਾਂ ਤਿਆਰ ਕਰ ਸਕਦੇ ਹਾਂ। ਹਾਂਜੀ, ਆਪਣਾ ਆਲੂ ਵੀ ਭੁੱਜ ਚੁੱਕੇ ਆ ਅਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਪਣੇ ਕਟਿੰਗ ਕੀਤੇ ਹੋਏ ਪਪੀਤੇ, ਜਿਹੜਾ ਕਿ ਆਪਣਾ ਕੱਚਾ ਪਪੀਤਾ ਆਪਾਂ ਉਸਨੂੰ ਐਡ ਕਰ ਦਾਂਗੇ। ਹਾਂਜੀ, ਦੇਖੋ ਆਪਾਂ ਇਹਦੇ ਵਿੱਚ